मैं पेख्योरी मैं पेख्योरी ऊंचा मोहन सबते ऊंचा मोहन सबते ऊंचा मैं पेख्योरी ऊंचा मोहन सबते ऊंचा मोहन सबते ऊंचा जपो मैं पेख्योरी ऊंचा मोहन सबते ऊंचा मोहन सबते ऊंचा ऊंचा किवें मनुख होंदा ज्यादा धन इकट्ठा करके नहीं ऊंचा होंदा नाम दा धन जदों गुरु अर्जन देव महाराज लाहौर वाल चाले पाए ते माता गंगा नूं संगता ने बेनती करके अगे खड़े करता ਤੁਹਾਡਾ ਪਤੀ ਹੈ ਤੁਸੀਂ ਬੇਨਤੀ ਕਰੋ ਇਹ ਛੋਟਾ ਮਸੂਮ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤਿਲਕ ਲਾ ਕੇ ਗੱਦੀ 'ਤੇ ਬਿਠਾ ਕੇ ਜਾ ਰਹੇ ਹੋ ਪਰ ਅਸੀਂ ਹੁਣ ਤੱਤੀਆਂ ਲੋਹਾਂ ਤੱਕ ਹੀ ਰਹਾਂਗੇ ਅੱਗੇ ਹੁਣ ਜਿਹੜੀ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਨੇ ਹੁਣ ਚੁੱਪ ਕਰਕੇ ਨਹੀਂ ਬਹਿਣਾ ਕਹਿੰਦੇ ਨੇ ਤੱਤੀਆਂ ਲੋਹਾਂ ਤੋਂ ਪਹਿਲਾਂ ਇੱਕ ਸਵਾਲ ਕੀਤਾ ਪ੍ਰਿਥੀ ਚੰਦ ਨੇ ਜੇ ਮੰਨ ਲਵੋ ਤੇ ਅਜੇ ਵੀ ਤੁਹਾਡੀ ਵਾਪਸੀ ਹੋ ਸਕਦੀ ਹੈ ਉਹ ਕਹਿੰਦੇ ਕਿਵੇਂ ਜੇ ਚਾਹੇ ਮੇਰੀ ਲੜਕੀ ਦਾ ਰਿਸ਼ਤਾ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਕਰ ਦਿਓ ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ ਤੂੰ ਕਿਹਾ ਸੀ ਨਾ ਇਹ ਤਾਂ ਇੱਕ ਫਕੀਰ ਹੈ ਤੇ ਮੈਂ ਤੇ ਰਾਜੇ ਦਾ ਵਜ਼ੀਰ ਹਾਂ ਮੈਂ ਤਾਂ ਬਹੁਤ ਧਨ ਦੌਲਤ ਵਾਲਾ ਚਬਾਰੇ ਦੀ ਇੱਟ ਨੂੰ ਮੋਰੀ ਕਿਵੇਂ ਲੱਗ ਸਕਦੀ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਸਾਧ ਸੰਗਤ ਦਾ ਬਖਸ਼ਿਆ ਇਹ ਸੰਗਤ ਹੀ ਫੈਸਲਾ ਕਰੇਗੀ ਜੋ ਸੰਗਤ ਨੂੰ ਸੁਨੇਹਾ ਭੇਜਿਆ ਤੇ ਸੰਗਤ ਨੇ ਮਨਾ ਕਰ ਦਿੱਤਾ ਕਿ ਰਿਸ਼ਤਾ ਨਹੀਂ ਕਰਨਾ ਕਹਿੰਦੇ ਜੇ ਨਹੀਂ ਕਰਨਾ ਤੇ ਫਿਰ ਜਿਹੜੀ ਸੰਗਤ ਦੀ ਮਾਇਆ ਉਹਦੇ ਚੋਂ ਸਾਨੂੰ 2 ਲੱਖ ਰੁਪਈਆ ਕਹਿੰਦੇ ਉਹ ਵੀ ਸੰਗਤ ਦੀ ਮਾਇਆ ਉਹ ਵੀ ਨਹੀਂ ਦੇ ਸਕਦੇ ਜਾਂ ਫਿਰ ਭਾਈ ਤਿਲਕੂ ਭਾਈ ਕਾਨਾ ਭਾਈ ਛੱਜੂ ਸ਼ਾਹ ਹੁਸੈਨ ਦੀ ਬਾਣੀ ਲਿਖ ਲਓ ਕਹਿੰਦੇ ਇਹ ਵੀ ਨਹੀਂ ਲਿਖ ਸਕਦੇ ਫਿਰ ਤੱਤੀਆਂ ਲਾਉਣ ਦੇ ਬੈਠਣ ਨੂੰ ਤਿਆਰ ਹੋਏ ਮੈਂ ਪੇਖਿਓਰੀ ਊਚਾ ਮੋਹਨ ਸਭ ਤੇ ਊਚਾ ਮੋਹਨ ਸਭ ਤੇ ਊਚਾ ਜਪੋ ਮੈਂ ਪੇਖਿਓਰੀ ਊਚਾ ਮੋਹਨ ਸਭ ਤੇ ਊਚਾ ਮੋਹਨ ਸਭ ਤੇ ਆਨ ਨ ਸੰਸਾਰ ਕੋ ਲਾਗੈ ਤੂੰ ਡਰੇ ਹਮ ਊਚਾ ਤੂੰ ਡਰੇ ਹਮ ਊਚਾ ਤੂੰ ਡਰੇ ਹਮ ਊਚਾ ਤੂੰ ਡਰੇ ਹਮ ਊਚਾ ਬਹੁ ਬੇਅੰਤ ਅਤ ਬਟੋ ਤੋਲ ਨ ਤੁਲਿਆ ਮੋਲ ਨ ਮੁਲਿਆ ਕਤ ਪਾਈਏ
मन रूचा सत पाइए मन रूचा खोज संता अनक तबंसा बिन गुर नहीं पहुंचा बिन गुर नहीं पहुंचा कौ नानक कृपा बराबर मिल सा सूरत पहुंचा मिल सा सूरत पहुंचा मैं पे क्योरी मोहन सब ते ऊंचा मोहन सब ते ऊंचा जपो मैं पे क्योरी ऊंचा मोहन सब ते ऊंचा मोहन सब ते ऊंचा 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 चढ़ के फिर गिरना थले कबीर साहब कहते ने जहां तो मन में दरा कर जे बरागी बंदर पड़े पर जे तू वराग करके उच्चा चढ़ के फिर डिगना ही है तो फिर गृहस्थ नवाई जा तो सभाई गुरु का शुक्र करी जा जे चढ़ना तो फिर चढ़ जा करता सो सलाई जिनकी ताया तारा दाता सो सलाइए दे सबसे दे आधार दे सबसे आधार नानक आप सजीव है पूरा जिस भंडार जिस भंडार पूरा जिस भंडार बड़ा कर सलाइए अंत न पारा वार अंत न पारा वार अंत न पारा वार नानक आप संजीव है नानक आप संजीव है भंडार बड़ा कर सलाइया अंत ना परावार कहंदे ने जदों ए शब्द दी उन्हें व्याख्या आ रही है जो अंग्रेज आए सन इन्हें हिंदुस्तान से राज किया जो उन्हों का वड्डा करता धरता जो गुरु आया उन्हों का मंत्री आया जिन्हों असी राष्ट्रपति कह दियो प्रधानमंत्री कह दियो पर जेड़ा उन्हों के सारे तो उपर से ਜਦੋਂ ਆਇਆ ਦਿੱਲੀ 'ਚ ਅਤੇ ਜਿਹੜੇ ਇੱਥੇ ਹਿੰਦੁਸਤਾਨ 'ਤੇ ਰਾਜ ਕਰ ਰਹੇ ਸਨ ਉਹਦੇ ਭੇਜੇ ਹੋਏ ਉਹਨਾਂ ਨੇ ਉਹਦੇ ਆਉਣ ਦੀ ਤਿਆਰੀ ਕੀਤੀ ਉਹਨਾਂ ਨੇ 20 ਤੋਪਾਂ ਦੀ ਸਲਾਮੀ ਉਹਦਾ ਆਦਰ ਭਾਉ ਦੇ ਨਾਲ ਉਹਨੂੰ 20 ਤੋਪਾਂ ਦੀ ਸਲਾਮੀ ਦਿੱਤੀ ਪਰ ਜਦੋਂ ਉਹਨੇ ਆ ਕੇ ਪੁੱਛਿਆ ਇੱਥੇ ਹਿੰਦੂ ਵੀ ਰਹਿੰਦੇ ਨੇ ਉਹ ਵੀ ਕਿਸੇ ਧਰਮ ਨੂੰ ਮੰਨਦੇ ਹੋਣਗੇ ਉਹਨਾਂ ਦਾ ਧਰਮ ਵੀ ਬਹੁਤ ਚੰਗਾ ਧਰਮ ਕੋਈ ਨਹੀਂ ਮਾੜਾ ਸਾਰੇ ਚੰਗੇ ਨੇ ਬਿਰਤੀ ਆਪੋ ਆਪਣੀ ਹੈ ਸਮਝ ਆਪਣੀ ਹੈ ਤਾਂ ਕਹਿੰਦੇ ਮੁਸਲਮਾਨ ਵੀ ਹੋਣਗੇ
ਉਹਨਾਂ ਦਾ ਵੀ ਧਰਮ ਚੰਗਾ, ਕੁਰਾਨ ਚੰਗੀ ਹੈ, ਉਹਨਾਂ ਦੀ ਗੀਤਾ, ਉਹਨਾਂ ਦੀ ਰਮਾਇਣ ਚੰਗੀ ਹੈ। ਕਹਿੰਦੇ ਨੇ ਕ੍ਰਿਸ਼ਨ ਦੀ ਬਾਈਬਲ ਵੀ ਚੰਗੀ ਹੈ, ਅਸੀਂ ਵੀ ਉਹਨੂੰ ਮੰਨਦੇ ਹਾਂ। ਸਾਰਿਆਂ ਧਰਮਾਂ ਨੂੰ ਬੁਲਾਓ, ਆਪਣੇ ਆਪਣੇ ਧਰਮ ਦੇ ਗ੍ਰੰਥਾਂ ਨੂੰ ਲੈ ਕੇ ਆਓ। ਅਸੀਂ ਵੇਖਣਾ ਚਾਹੁੰਦੇ ਹਾਂ ਕਿਸ ਧਰਮ ਉੱਚਾ ਹੈ ਅਤੇ ਕੌਣ ਧਰਮ ਕਿੰਨਾ ਮੰਨਦੇ ਨੇ ਅਤੇ ਕਿੰਨੀ ਕਿਸੇ ਦੀ ਸ਼ਲਾਘਾ। ਜਦੋਂ ਮੁਸਲਮਾਨਾਂ ਨੇ ਆਪਣੇ ਕੁਰਾਨ ਨੂੰ ਲਿਆ ਕੇ ਇੱਕ ਟੇਬਲ 'ਤੇ ਰੱਖ ਦਿੱਤਾ, ਹਿੰਦੂਆਂ ਨੇ ਆਪਣੀ ਰਮਾਇਣ ਨੂੰ ਅਤੇ ਆਪਣੀ ਗੀਤਾ ਨੂੰ ਲਿਆ ਕੇ ਟੇਬਲ 'ਤੇ ਰੱਖ ਦਿੱਤਾ, ਬਾਈਬਲ ਨੂੰ ਵੀ ਉਹਨਾਂ ਨੇ ਜਿਵੇਂ ਆਪਣੇ ਚਰਚ 'ਚ ਲੈ ਕੇ ਜਾਂਦੇ ਨੇ ਉਸ ਤਰ੍ਹਾਂ ਹੱਥ ਵਿੱਚ ਇੱਕ ਬੰਦਾ ਲਿਆ ਕੇ ਇੱਕ ਆਪਣੇ ਟੇਬਲ 'ਤੇ ਰੱਖ ਦਿੱਤਾ। ਕਹਿੰਦੇ ਨੇ ਹੋਰ ਕਿਹੜਾ ਧਰਮ ਰਹਿ ਗਿਆ ਜਿਹੜਾ ਨਹੀਂ ਆਇਆ? ਕਹਿੰਦੇ ਸਿੱਖ ਧਰਮ। ਕਹਿੰਦੇ ਉਹ ਕਿਉਂ ਨਹੀਂ ਆਏ? ਕਹਿੰਦੇ ਜੀ ਉਹਨਾਂ ਨੇ ਆਖਿਆ ਅਸੀਂ ਆਪਣੇ ਗੁਰੂ ਨੂੰ ਤਾਂ ਲਿਆਵਾਂਗੇ, ਤੁਸੀਂ 20 ਤੋਹਫਾਂ ਦੀ ਸਲਾਮੀ ਲਈ ਹੈ ਅਤੇ ਤੁਹਾਡਾ ਆਦਰ ਹੋਇਆ, ਜੇ ਤੁਸੀਂ 21 ਤੋਹਫਾਂ ਦੀ ਸਲਾਮੀ ਦੇ ਸਕਦੇ ਹੋ ਤਾਂ ਤੁਸੀਂ ਘੋੜੇ 'ਤੇ ਚੜ੍ਹ ਕੇ ਸਲਾਮੀ ਲਈ ਆ ਗਏ, ਸਾਡਾ ਗੁਰੂ ਹਾਥੀ 'ਤੇ ਪਾਲਕੀ ਲੱਗੇਗੀ ਅਤੇ ਬੈਂਡ ਵਾਜਿਆਂ ਨਾਲ ਅਤੇ ਚੌਰ ਢੁੱਲਦੇ ਹੋਣਗੇ, ਛੈਣੇ ਵੱਜਦੇ ਹੋਣਗੇ ਅਤੇ ਬੜੇ ਸਤਿਕਾਰ ਅਤੇ ਬੜੇ ਵੱਡੇ ਜਸ ਦੇ ਨਾਲ, ਬੜੇ ਵੱਡੇ ਮਕਸਦ ਦੇ ਨਾਲ ਗੁਰੂ ਦੇ ਸ਼ਬਦ ਕੀਰਤਨ, ਤਾਂ ਸਾਡਾ ਗੁਰੂ ਆਵੇਗਾ। ਤਾਂ ਫਿਰ ਮੰਨ ਲਿਆ। ਕਹਿੰਦੇ 21 ਤੋਹਫਾਂ ਦੀ ਸਲਾਮੀ ਦੀ ਤਿਆਰੀ ਕਰੋ ਅਤੇ ਹਾਥੀ 'ਤੇ ਪਾਲਕੀ ਲਾਓ। ਅਤੇ ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਜਦੋਂ ਹਾਥੀ 'ਤੇ ਪ੍ਰਕਾਸ਼ ਕਰਕੇ ਚੌਰ ਕਰਦੇ, ਸੰਗਤਾਂ ਬੈਂਡ ਵਾਜੇ, ਢੋਲਕੀਆਂ ਵਜਾਉਂਦੀਆਂ, ਛੈਣੇ ਵਜਾਉਂਦੀਆਂ, ਜਦੋਂ ਦਿੱਲੀ 'ਤੇ 21 ਤੋਹਫਾਂ ਦੀ ਸਲਾਮੀ ਲਈ ਅਤੇ ਅੰਗਰੇਜ਼ਾਂ ਨੇ ਸਿਰ ਮਸਤਕ ਆ ਕੇ ਲੰਮੇ ਪੈ ਕੇ ਗੁਰੂ ਦੇ ਅੱਗੇ ਮੈਂ ਪੇਖੋਰੀ ਉੱਚਾ ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ। ਗੁਰੂ ਦੀ ਕਦਰ ਉਹ ਹੀ ਜਾਣਦਾ ਜਿਹੜਾ ਗੁਰੂ ਨੂੰ ਜਾਣਦਾ। ਇਹਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਆਖਰੀ ਮੁਕਤੀ ਇੱਥੇ ਹੈ, ਮੇਰਾ ਆਖਰੀ ਖੰਡ ਪਾਠ ਇੱਥੇ ਰੱਖੇ ਨਾ, ਮੇਰੀ ਇਸਨੇ ਸੁਣਨੀ ਹੈ। ਗੁਰੂ ਸਾਹਿਬ ਕਹਿੰਦੇ ਨੇ ਖੋਜ ਅਸੰਖਾ ਅਨਕਤ ਮੰਚਾ, ਬਿਨ ਗੁਰ ਨਾਹੀ ਪਹੁੰਚਾ। ਹਰ ਸਮਾਨ ਨਹੀਂ ਰਾਜਾ, ਇਹ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਰਵਾਜਾ। ਤੇਰੋ ਜਨ ਹੋਏ ਸੋਈ ਕਤ ਡੋਲੇ, ਤੀਨ ਬਵਨ ਪਰ ਚਾ ਜਾ। ਹਾਥ ਪਸਾਰ ਸਕੇ ਕੋ ਜਨ ਕੋ, ਬੋਲ ਸਕੇ ਨਾ ਅੰਦਾਜ਼ਾ। ਚੇਤਾ ਚੇਤ ਮੂੜ ਮਨ ਮੇਰੇ, ਬਾਜੇ ਅਨਾਥ ਬਾਜਾ। ਕਹੇ ਕਬੀਰ ਸੰਸਾਰ ਕਰਮ ਚੁਕਾ, ਤੂੰ ਪ੍ਰਹਿਲਾਦ ਨਵਾਜਾ, ਤੂੰ ਪ੍ਰਹਿਲਾਦ ਨਵਾਜਾ। ਮੈਂ ਤੇ ਗਿਓਰੀ ਤੂੰ ਮੋ
ਤੇ ਉੱਚਾ ਮੋਹਨ ਸਭ ਤੇ ਉੱਚਾ ਸਭੋ ਤੇ ਕਿਉਰੀ ਇਹ ਦਾਤ ਕਿਦੋਂ ਪਤਾ ਲੱਗਦੀ ਹਾਂ ਕਿਸ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪਣੇ ਮਿਲਾਈ ਮੈਂ ਤੂੰ ਦਿਨ ਪੇਲੀ ਕੋ ਨਹੀਂ ਤੂੰ ਅੰਤ ਸਗਾਈ ਜੋ ਤੇਰੀ ਸਰਨਾਗਤੀ ਤਿੰਨ ਲਿਓ ਛਡਾਈ ਨਾਨਕ ਵੇ ਪਰਵਾਰ ਤਿਸ ਤਿਲ ਨਾ ਲਾਈ ਤਿਸ ਤਿਲ ਨਾ ਤਮਾਈ ਮੈਂ ਪੇ ਗਿਓਰੀ ਮੋਹਨ ਸਭ ਤੇ ਉੱਚਾ ਮੋਹਨ ਸਭ ਤੇ ਉੱਚਾ ਮੈਂ ਪੇਖਿਓ ਉੱਚਾ ਮੋਹਨ ਸਭ ਤੇ ਉੱਚਾ ਮੋਹਨ ਸਭ ਤੇ ਉੱਚਾ ਜਪੋ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਸਭ ਤੇ ਉੱਚਾ ਮੈਂ ਪੇਖਿਓ ਉੱਚਾ ਮੋਹਨ ਸਭ ਤੇ ਉੱਚਾ ਮੋਹਨ ਸਭ ਤੇ ਉੱਚਾ ਵਿਚਾਰ ਆਈ ਆ ਕੇ ਮਸਤਕ ਹੋਏ ਗੋਡੇ ਟੇਕ ਲਏ ਅੰਗਰੇਜ਼ਾਂ ਨੇ ਸੱਚ ਦਾ ਗੁਰੂ ਹੈ ਕਹਿੰਦੇ ਨੇ ਜਦੋਂ ਵੀ ਕਿਸੇ ਗੁਰੂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਗੇ ਕਿਉਂ ਅੰਗਰੇਜ਼ਾਂ ਨੂੰ ਅੱਜ ਦਾ ਨਹੀਂ ਪਤਾ ਪਤਾ ਉਹਨਾਂ ਨੇ ਹੈ ਸੀ ਪਰ ਉਹ ਜਦੋਂ ਕਿਸੇ ਨੂੰ ਪਰਖ ਲੈਂਦੇ ਸਨ ਨਾ ਫਿਰ ਉਹਦੀ ਸਿਰੇ ਦੀ ਵਡਿਆਈ ਕਰਦੇ ਸਨ ਪਤਾ ਸੀ ਬਾਬਾ ਕਰਮ ਸਿੰਘ ਜੀ ਉੱਤੀ ਮਰਦਾਨ ਵਾਲੇ ਜਦੋਂ ਉਹਨਾਂ ਨੇ ਫੌਜ ਦੇ ਵਿੱਚ ਨੌਕਰੀ ਕਰਦਿਆਂ ਪਰਮੇਸ਼ਰ ਦਾ ਨਾਮ ਲੈਂਦੇ ਸਨ ਅਭਿਆਸ ਕਰਦੇ ਸਨ ਗੁਰੂ ਦੇ ਵਿਸ਼ਵਾਸ ਤੇ ਸ਼ਰਧਾ ਰੱਖਦੇ ਸਨ ਆਖਿਰਕਾਰ ਐਸਾ ਆਇਆ ਇੱਕ ਦਿਨ ਵਿਸਾਖੀ ਵਾਲੇ ਦਿਨ ਉਹਨਾਂ ਦੀ ਡਿਊਟੀ ਲਾਤੀ ਕੁਆਟਰ ਗਾਰਡ ਹਥਿਆਰਾਂ ਦੀ ਬੜੀ ਜ਼ਿੰਮੇਵਾਰ ਦੀ ਡਿਊਟੀ ਹੁੰਦੀ ਤੇ ਬਾਬਾ ਜੀ ਨੇ ਨਾਮ ਜਪਣ ਵਾਸਤੇ ਵਿਸਾਖੀ ਤੇ ਗੁਰ ਕਲਗੀ ਧਰਪਾਤ ਦਾ ਸ਼ੁਕਰਾਨਾ ਕਰਨਾ ਸੀ ਉਹ ਗਾਰਡ ਤੇ ਰਾਤ ਨੂੰ ਕਸ਼ਹਿਰਾ ਤੌਲੀਆ ਤੇ ਚਿੱਟੀ ਚਾਦਰ ਲੈ ਕੇ ਬਹੁਤੀ ਮਰਦਾਨ ਨਦੀ ਦੇ ਕੰਢੇ ਰੇਤੇ ਤੇ ਪਾਣੀ ਛਿੜਕ ਕੇ ਚਿੱਟੀ ਚਾਦਰ ਵਿਛਾ ਕੇ ਬੈਠ ਕੇ ਥਾਨ ਥਨੰਤਰ ਰਵ ਰਿਆ ਥਾਨ ਥਾਨ ਥਨੰਤਰ ਰਵ ਰਿਆ ਪਰ ਗੁਰ ਸ਼ਬਦੀ ਵਿਚਾਰ ਉਹ ਵਿਚਾਰ ਬੈਠ ਕੇ ਇੱਕ ਆਰਮੀ ਦੇ ਸੂਬੇਦਾਰ ਨੇ ਜਾ ਕੇ ਕਹਿ ਦਿੱਤਾ ਅੰਗਰੇਜ਼ ਕਰਨਲ ਨੂੰ ਭਾਈ ਅੱਜ ਬੜੀ ਜ਼ਿੰਮੇਵਾਰ ਦੀ ਡਿਊਟੀ ਹੈ ਉੱਥੇ ਇੱਕ ਗਾਰਡ ਕਮਾਂਡਰ ਗੈਰ ਹਾਜ਼ਰ ਹੈ ਉਹ ਉੱਤੀ ਮਰਦਾਨ ਨਦੀ ਦੇ ਕੰਢੇ ਜਾ ਕੇ ਚਿੱਟੀ ਚਾਦਰ ਡਿਊਟੀ ਛੱਡ ਕੇ ਉੱਥੇ ਪਿਆ ਜਾਪ ਕਰਦਾ
थान थनंतर रब रहा अंग्रेज घोड़े से चढ़ के आया गार्ड स्टांटू की थी ते मेरे कलगीधर पाशाह ने करम सिंह का रूप धार के वर्दी पा के सोहने दस्तार सजा के ते सारी गार्ड नु चेक करवाया। अंग्रेज बड़ा खुश होया पे करम सिंह ऐसा रूप ते ऐसी वर्दी अज तक नहीं वेखी किसी ने। सारे वट पाए हुए अखा च गिद आया होया तेरे चेहरे ते लाली बड़ी ते नूर ही बड़ा है। तेरे वर्गा गार्ड कमांडर मैं देखा नहीं। मैं कल तेनू हौलदार तो एक स्टार लावांगा नैब सुधर बनावांगा पर फिर भी नहीं तसली हुई। उस जिहड़ा निंदक सी ना उन्हें आखिया महाराज क्वार्टर गार्ड तो तुसी वेख आयो चलो मेरे नाल नदी ते घोड़ा लैके। जो तो घोड़ा लैके वेख्या उत्थे भी चिट्टी चादर दे बाबा करम सिंह बैठे ने। यह है गुरु की वडियाई। जड़ा गुरु का हो जाता है सहन नाई की जगह मालिश करने वास्ते आप चला जाता। वो तो जो भीड़ पैंदी है तो बहनी भगत की जगह राजे का रूप धार के मोहरा देन चला जाता। मैं राजा वहां मैं उसकी तनखावां लेके आया पर तसली होवे तो ता है ना। जो वेख्या तू ही ए जाप एक तू ही जपो एक तू ही तू ही एक तू ही वाहेगुरु एक तू जपो एक तू ही वाहेगुरु एक तू ही एक तू ही वाहेगुरु एक तू ही वाहेगुरु एक तू ही एक तू ही रसना जपती तू ही रसना जपती तू ही एक तू ही एक तू ही हे वाहे गुरु हे वाहे गुरु हे दम ते हिरदे तू कह रहा हे वाहे गुरु एक तू ही हे वाहे गुरु हे वाहे गुरु एक तू ही एक तू ही एक तू ही एक तू ही थान तनंतर रबर आ गुर शब्दी विचार अनमंगया तान देवसी अनमंगया तान देवसी बड़ा अगम पार इन्ना देन लग पैंदा है कोई बेपरवाह अगर देन कोई कसर ही नहीं छड़ता। जो अंग्रेज आ गया एक पासे तो उन्हें नैब सुधर बनाने वास्ते लिखे आ गया हूँ थुक के चट्टे किवें बड़ा हैरान होया कि इत्थे भी तो उत्थे भी है। जो करम सिंह दिन चढ़िया अख खुली सुरत ते गार्ड कमांडर छोटा जिहड़ा सैकंड गार्ड कमांडर सी वह कह लगा रोज तू मोटे ते कशहरा ते तौलिया सुट के टुर जाना आ वेख अंग्रेजी च पता नहीं किन्ना लम्मा ले गया तेनू बुलाया दफ्तर सखा सहाई अत बड़ा ऊंचा वड़ा पार
ਮੁਲਕ ਬਿਰਦ ਨਾ ਜਾਣਿਆ ਨੇਚਲ ਤਿਸ ਦਰਬਾਰ ਜੋ ਮੰਗੀਏ ਸੋ ਪਾਈਏ ਜਦੋਂ ਬੁਲਾਇਆ ਦਫ਼ਤਰ ਕਰਮ ਸਿੰਘਾ ਤੈਨੂੰ ਮੈਂ ਗੈਰ ਹਾਜ਼ਰ ਤੇ ਨਹੀਂ ਲਿਖ ਸਕਦਾ ਕਿ ਤੂੰ ਕੁਆਟਰ ਗਾਰਡ ਵੀ ਸੈਂ ਤੇ ਨਦੀ ਤੇ ਵੀ ਸੈਂ ਮੈਂ ਤਾਂ ਦੋਵੇਂ ਜਗ੍ਹਾ ਤੈਨੂੰ ਹਾਜ਼ਰ ਗਿਣਿਆ ਤੇਰੀ ਇਸ ਡਿਊਟੀ ਤੋਂ ਖੁਸ਼ ਹੋ ਕੇ ਅਸੀਂ ਬੜੇ ਪਰੇਸ਼ਾਨ ਹੋਏ ਹਾਂ ਅਸੀਂ ਤੈਨੂੰ ਇੱਕ ਸਟਾਰ ਲਾਉਣਾ ਚਾਹੁੰਦੇ ਹਾਂ ਤੈਨੂੰ ਅਗਲਾ ਰੈਂਕ ਦੇਣਾ ਚਾਹੁੰਦੇ ਹਾਂ ਕਹਿੰਦੇ ਨਹੀਂ ਸਾਹਿਬ ਜੋ ਮੇਰੀ ਜਗ੍ਹਾ ਡਿਊਟੀ ਦੇ ਗਿਆ ਨਾ ਰਾਤ ਮੈਂ ਤਾਂ ਹੁਣ ਉਹਦੇ ਜੋਗਾ ਹੀ ਰਹਿ ਗਿਆ ਇੱਕ ਇੱਕ ਸਵਾਸ ਉਸ ਗੁਰੂ ਦੇ ਲਿਖੇ ਲਾਉਣਾ ਮੈਂ ਹੁਣ ਤੁਹਾਡੀ ਨੌਕਰ ਨਹੀਂ ਰਹਿ ਸਕਦਾ ਮੈਂ ਹੁਣ ਉਹਦਾ ਹੀ ਚਾਕਰ ਸਤਸੰਗ ਜੀ ਕਹਿੰਦੇ ਅਸੀਂ ਤੈਨੂੰ ਛੱਡ ਨਹੀਂ ਸਕਦੇ ਤੇਰੇ ਵਰਗਾ ਸਾਨੂੰ ਐਸੇ ਇਨਸਾਨ ਦੀ ਲੋੜ ਹੈ ਜੋ ਕਹਵੇਂ ਤੈਨੂੰ ਦੇ ਸਕਦੇ ਹਾਂ ਮਰਪੇ ਦੇ ਸਕਦੇ ਹਾਂ ਵੱਖਰਾ ਬੰਗਲਾ ਬੰਦਗੀ ਕਰਕੇ ਦੇ ਸਕਦੇ ਹਾਂ ਤੂੰ ਬੰਦਗੀ ਕਰੀ ਜਾ ਅਸੀਂ ਇੰਨੇ 'ਚ ਬੜੇ ਖੁਸ਼ ਹਾਂ ਕਹਿੰਦੇ ਨਹੀਂ ਨਾ ਮੈਨੂੰ ਤੁਹਾਡੇ ਬੰਗਲੇ ਦੀ ਲੋੜ ਹੈ ਨਾ ਤੁਹਾਡੀ ਜਗੀਰ ਦੀ ਲੋੜ ਹੈ ਮੈਂ ਤਾਂ ਉਸ ਮਾਲਕ ਦੀ ਹੁਣ ਉਹਨਾਂ ਦਾ ਇੱਕ ਇੱਕ ਸਵਾਸ ਗੁਰੂ ਲੇਖੇ ਲਾਉਣਾ ਕਹਿੰਦੇ ਫਿਰ ਅਸੀਂ ਤੈਨੂੰ ਛੱਡ ਨਹੀਂ ਸਕਦੇ ਕਹਿੰਦੇ ਜੇ ਤੁਸੀਂ ਨਹੀਂ ਛੱਡ ਸਕਦੇ ਜਾਓ ਮੇਰਾ ਤੁਹਾਡੇ ਰਿਕਾਰਡ ਦੇ ਵਿੱਚ ਕਿਤੇ ਨਾ ਹੀ ਨਹੀਂ ਦੇਖ ਲਓ ਤੁਹਾਡੇ ਰਿਕਾਰਡ 'ਚ ਕਰਮ ਸਿੰਘ ਹੈਗਾ ਨਾ ਕਹਿੰਦੇ ਨਾ ਹੀ ਨਹੀਂ ਮਿਲਿਆ ਧਰਮਰਾਜ ਜਦ ਕਾਗਜ਼ ਫਾੜੇ ਜਾਂ ਨਾਨਕ ਲੇਖਾ ਸਮਝਾ ਕਾਗਜ਼ ਵੀ ਸਾਫ਼ ਕਰ ਦਿੰਦਾ ਸੁਪਨੇ ਆਇਆ ਵੀ ਗਿਆ ਮੈਂ ਜਲ ਪਰਿਆ ਆਏ ਨ ਸਤਾਂ ਕੁਝ ਕੰਨ ਪਿਆਰੇ ਪੇਜ ਨ ਸਤਾਂ ਸੋਏ ਉਸ ਬਾਗੀ ਨੀਂਦੜੀਏ ਮਤ ਸੋ ਦੇਖਾ ਸੋਏ ਤੈ ਸਭ ਕੀ ਬਾਤ ਜੇ ਆਖੇ ਕੌ ਨਾਨਕ ਕਿਆ ਦੀਜੇ ਸੀਸ ਵੱਡੇ ਕਰ ਬੈਸਣ ਦਿਨ ਸਿਰ ਸੇਵ ਕਰੀ ਜਾ ਸੁਪਨੇ ਉੱਭੀ ਪਈ ਸੁਪਨੇ ਉੱਭੀ ਪਈ ਗਇਓ ਕੀ ਨਾ ਅੰਚਲਾ ਸੁੰਦਰ ਪੁਰਖ ਵਿਹਾਰਸ਼ ਦੇਖ ਮਨ ਮੰਚਲਾ ਇਹ ਜਦੋਂ ਬਿਰਤੀ ਦੇ ਮਾਲਕ ਬਣ ਗਏ ਬਾਬਾ ਕਰਮ ਸਿੰਘ ਜੀ ਅੰਗਰੇਜ਼ਾਂ ਨੇ ਪਾਲਕੀ 'ਚ ਬਿਠਾ ਕੇ ਜਿਵੇਂ ਆ ਲਾਲ ਰੂਲ ਵਿਛਿਆ ਹੋਇਆ ਨਾ ਏਡਾ ਵਿਛਾ ਕੇ ਕੈਂਪ ਦੇ ਵਿੱਚ ਅਤੇ ਗੇਟ ਤੱਕ ਵਿਦਾ ਕੀਤਾ ਪਾਲਕੀ 'ਚ ਬਿਠਾ ਕੇ ਕੰਧੇ 'ਤੇ ਅੰਗਰੇਜ਼ਾਂ ਨੇ ਚੁੱਕਿਆ ਅਤੇ ਟੋਪੀਆਂ ਲਾ ਕੇ ਸਿਜਦਾ ਕੀਤਾ ਇਹ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਬਾਬਾ ਜੀ ਦੇ ਨਾਲ ਸੰਤ ਆਇਆ ਸਿੰਘ ਸੰਤ ਲਾਲ ਸਿੰਘ ਵੀ ਚਲੇ ਗਏ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ ਤੇ ਬੜੇ ਪਦਾਰਥ ਆਉਂਦੇ ਸਨ ਬਾਬਾ ਜੀ ਦਾ ਹੁਕਮ ਸੀ ਕੁਝ ਤੇ ਪਠਾਣਾਂ ਨੂੰ ਵੰਡ ਦਿਓ ਕੁਝ ਸੰਗਤਾਂ ਨੂੰ ਛਕਾ ਦਿਓ ਜਿਹੜੇ ਪਏ ਨੇ ਉੱਥੇ ਪਏ ਰਹਿਣ ਜਿੰਨੀ ਮਰਜ਼ੀ ਲੈ ਜਾਓ ਪਰ
ਕੋਈ ਸਾਡੇ ਵਰਗੇ ਛੋਟੀ ਸੋਚ, ਉਹ ਕਹਿੰਦੇ ਨਹੀਂ ਦਰੀਆਂ ਆਉਂਦੀਆਂ ਟੇਬਲ ਆਉਂਦੇ ਨੇ, ਕੋਈ ਪਦਾਰਥ ਰੱਖ ਲਿਆ ਕਰੀਏ। ਬਾਬਾ ਜੀ ਦੇ ਹੁਕਮ ਸੀ ਕੋਈ ਤਾਂ ਰੋੜ ਦਿਓ, ਨਦੀ 'ਚ ਜਾਨਵਰਾਂ ਨੂੰ ਪਾ ਦਿਓ, ਕੋਈ ਜੇ ਪੰਡਾਂ ਬੰਨ ਕੇ ਪਠਾਣਾਂ ਨੂੰ ਦੇ ਦਿਓ, ਕੋਈ ਜਿੱਥੇ ਪਿਆ ਜਿਹਨੂੰ ਲੋੜ ਬਣਦਾ ਉਹ ਲੈ ਜਾ। ਰਾਤੀ ਪਤੀਲੇ ਉਲਟੇ ਦੇ ਦਿਨ ਸਿੱਧੇ ਨਹੀਂ ਮੰਨੇ, ਰੋਜ਼ ਜਾ ਕੇ ਖਲੋ ਜਾ ਕਰਨ। ਬਾਬਾ ਜੀ ਕਹਿੰਦੇ ਵੀ ਜਿਹਨੇ ਸਾਡੀ ਜਗ੍ਹਾ ਡਿਊਟੀ ਦਿੱਤੀ ਹੈ ਨਾ, ਅਸੀਂ ਇਹ ਗੁਫਾ ਬਣੀਆਂ ਨੇ, ਇਹਨਾਂ 'ਚ ਬੈਠ ਕੇ ਉਹਦਾ ਸ਼ੁਕਰ ਕਰੋ, ਮਾਲਕ ਦਾ ਨਾਂ ਲਓ। ਜਦੋਂ ਆਸਾ ਦੇ ਬਾਹਰ ਦਾ ਕੀਰਤਨ ਸਮਾਪਤੀ ਹੋਵੇ, ਫਿਰ ਆ ਕੇ ਖੜ੍ਹੇ ਹੋ ਜਾਣ, ਬਾਬਾ ਜੀ ਇੱਕ ਕਮਰਾ ਜਾਂ ਦੋ ਕਮਰਿਆਂ ਦਾ ਹੁਕਮ ਦਿਓ। ਬਾਬਾ ਜੀ ਕਹਿਣ ਲੱਗੇ ਕਮਰੇ ਬਣਾ ਲਓ, ਪਰ ਅਸੀਂ ਜ਼ਿੰਮੇਵਾਰ ਹੈ ਨਹੀਂ, ਜ਼ਿੰਮੇਵਾਰੀ ਤੁਹਾਡੀ, ਤੁਸੀਂ ਬਣਾਓ। ਫੌਜ ਵੀ ਚਾਹੁੰਦੀ ਸੀ ਕਿ ਦੋ ਸੰਤਰੀ ਮਿਲ ਜਾਣ, ਸਾਨੂੰ ਸੇਵਾ ਦਾ ਮੌਕਾ ਮਿਲ ਜਾਏ। ਕਮਰੇ ਬਣ ਗਏ, ਪਦਾਰਥ ਰੱਖੇ ਗਏ, ਸਮਾਨ ਰੱਖ ਦਿੱਤਾ, ਪਰ ਢਿੱਡ ਦੇ ਦਰਦ ਤੇ ਉਹਨਾਂ ਦੀ ਹੋਈ ਜਿਹੜੇ ਰੋਜ਼ ਪੰਡਾ ਬੰਨ ਕੇ ਲੈ ਜਾਂਦੇ ਸਨ, ਉਹਨਾਂ ਨੂੰ ਨਾ ਮਿਲੀਆਂ, ਉਹਨਾਂ ਦੇ ਮਨ 'ਚ ਬੜਾ ਬੁਰਾ ਲੱਗਾ। ਜਦੋਂ ਸੰਤਰੀਆਂ ਨੇ ਸੋਚਿਆ ਸੰਤਾਂ ਦੀ ਜਗ੍ਹਾ ਇੱਥੇ ਕਿੰਨੇ ਆਉਣਾ, ਉੱਪਰਾਂ ਜਾ ਕੇ ਦਰਖਤ ਦੇ ਸੌਂ ਗਏ। ਪਠਾਣਾ ਨੇ ਸੱਬਲ ਨਾਲ ਕੰਧ ਪਾੜ ਕੇ ਸਾਰਾ ਸਮਾਨ ਚੁੱਕ ਕੇ ਲੈ ਗਏ। ਜਦੋਂ ਬਾਬਾ ਜੀ ਕੋਲ ਸਵੇਰੇ ਆਸਾ ਦੀ ਵਾਰ ਕੀਰਤਨ ਕਰਕੇ ਗਏ ਤੇ ਬਾਬਾ ਜੀ ਕੋਲ ਹੱਸ ਪਏ, ਕਹਿੰਦੇ ਆਓ ਸੰਤ ਲਾਲ ਸਿੰਘ ਜੀ, ਸੰਤ ਆਇਓ ਸਿੰਘ ਜੀ, ਕਿਵੇਂ ਆਇਓ? ਕਹਿੰਦੇ ਮਹਾਰਾਜ ਜਿਹੜਾ ਕਮਰਾ ਬਣਾਇਆ ਸੀ ਉੱਥੇ ਕੋਈ ਸੰਨ ਮਾਰ ਕੇ ਲੁੱਟ ਕੇ ਲੈ ਗਏ ਨੇ। ਕਹਿੰਦੇ ਕੋਈ ਗੱਲ ਨਹੀਂ, ਤੁਹਾਡੇ ਮਨ 'ਚ ਕੋਈ ਹਿੰਦੂ ਸਿੱਖ ਈਸਾਈ ਕੋਈ ਤੁਹਾਡੇ ਮਨ 'ਚ ਫਰਕ ਹੋਏਗਾ? ਕਹਿੰਦੇ ਨਹੀਂ, ਜਿਹੜਾ ਵੀ ਆਉਂਦਾ ਸੀ ਲੰਗਰ ਛਕਾਉਂਦੇ ਸਾਂ, ਕੋਈ ਹਿੰਦੂ ਆਵੇ ਸਿੱਖ ਆਵੇ ਈਸਾਈ ਆਵੇ। ਕਹਿੰਦੇ ਨੇ ਫਿਰ ਠੀਕ ਹੈ, ਅੱਗੇ ਅਸੀਂ ਰੋਜ਼ ਬਣਾਉਂਦੇ ਸਾਂ, ਧੂੰਏ 'ਚ ਅੱਖਾਂ ਮਲਦੇ ਸਾਂ, ਧੂੰਆਂ ਸਹਿੰਦੇ ਸਾਂ, ਅੱਜ ਆਪੇ ਲੈ ਗਏ ਨੇ, ਆਪੇ ਬਣਾਉਣਗੇ, ਆਪੇ ਖਾਣਗੇ, ਸਾਡਾ ਕੀ ਲੈ ਗਏ ਨੇ? ਮੈਂ ਪੇਖੋਰੀ ਉੱਚਾ ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ। ਇਹ ਜਦੋਂ ਕਮਰੇ ਦੀ ਚੋਰੀ ਦਾ ਪਤਾ ਲੱਗਾ ਤੇ ਸੰਤਰੀਆਂ ਨੇ ਜਾ ਕੇ ਦੱਸਿਆ, ਅਸੀਂ ਪਰਾਂ ਸੌਂਗੇ ਸਾਂ ਤੇ ਕਮਰਾ ਸੰਨ ਮਾਰ ਕੇ ਲੁੱਟ ਕੇ ਲੈ ਗਏ ਨੇ। ਉਹ ਕਰਨਲ ਫਿਰ ਆਇਆ ਆਪਣੀ ਮੇਮ ਨੂੰ ਲੈ ਕੇ। ਇਹ ਜਿਹੜੀ ਚੋਰੀ ਹੋ ਗਈ ਹੈ, ਇਹ ਹੁਣ ਭਗਤੀ 'ਚ ਕਮੀ ਤੇ ਨਹੀਂ ਆ ਗਈ, ਪਰਖਣ ਵਾਸਤੇ ਆਇਆ ਬਾਬਾ ਕਰਮ ਸਿੰਘ ਨੇ। ਪਰ ਕੋਈ ਲੈ ਸਕਦਾ ਜਿਹੜਾ ਦੇ ਸਕਦਾ। ਮਨ ਵਿੱਚ ਸੋਚਿਆ ਸੀ ਜਿਹੜਾ ਨਿੰਦਕ ਸੀ ਨਾ, ਉਹ ਵੀ ਨਾਲ ਆਇਆ ਤੇ ਬਾਬਾ ਜੀ ਕੋਲ ਅੱਜ ਜਾ ਕੇ ਖਰਬੂਜਾ ਮੰਗਣਾ, ਬੜੀ ਗਰਮੀ ਹੈ ਤੇ ਨਾਲੇ ਦੁੱਧ ਠੰਡਾ ਦੁੱਧ ਛਕਣਾ, ਕਿਉਂਕਿ ਦੁੱਧ ਤੇ ਕੈਂਪ ਦੇ ਵਿੱਚੋਂ ਆਉਂਦਾ ਸੀ ਰੋਜ਼, ਉਦੋਂ ਦੁੱਧ ਆਇਆ ਨਹੀਂ ਅਜੇ ਤੇ ਰਾਤ ਦਾ ਦੁੱਧ ਮੁੱਕ ਗਿਆ, ਆਪਾਂ ਦੁੱਧ ਮੰਗ ਲਾਂਗੇ। ਤੇ ਜਦੋਂ ਬਾਬਾ ਜੀ ਕੋਲ ਆਇਆ, ਉਹ ਚੰਨਣ ਸਿੰਘ ਜਿਹੜਾ ਨਾਲ ਆਇਆ ਸੀ ਨਿੰਦਕ, ਉਹਨੂੰ ਕਹਿ ਲੱਗਾ ਵੀ ਚੰਨਣ ਸਿਆਂ, ਪਹਿਲਾਂ ਤਾਂ ਉਹ ਜਿੱਥੇ ਸਾਰੇ ਬਰਤਨਾਂ ਦੀ ਜੂਠ ਸੁੱਟਦੇ ਆ ਨਾ, ਉੱਥੇ ਇੱਕ ਖਰਬੂਜੇ ਦੀ ਵੇਲ ਉੱਗੀ ਹੈ, ਉੱਥੇ ਇੱਕ ਖਰਬੂਜਾ ਪੱਕਾ ਹੋਇਆ, ਆਪਣੇ ਸਾਹਿਬ ਨੂੰ ਲਿਆ ਕੇ ਪਹਿਲਾਂ ਖਰਬੂਜਾ ਤੋੜ ਕੇ ਖਵਾ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨੇ ਮਨ ਦਾ ਭਰਮ ਦੂਰ ਹੋ ਗਿਆ। ਕਹਿੰਦੇ ਨੇ ਫਿਰ ਜੇ ਤੁਸੀਂ ਦੁੱਧ ਛਕਣਾ, ਪਰ ਕੈਂਪ ਦੇ ਅੰਦਰ ਤਾਂ ਦੁੱਧ ਆਇਆ ਨਹੀਂ, ਸਾਡੇ ਮੰਜੇ ਦੇ ਥੱਲੇ ਇੱਕ ਗਲਾਸ ਕਰ ਰਾਤ ਦਾ ਭਰਿਆ ਸੀ, ਪੀਤਾ ਨਹੀਂ, ਉਹ ਲਿਆ ਕੇ ਇਹਨਾਂ ਨੂੰ ਪਿਆ ਦਿਓ। ਕਹਿੰਦੇ ਨੇ ਇਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਅੱਗੇ ਦਾ, ਕਿਉਂ?
गुर मिल ताज सोहारे कद पढ़ो अंतर जामी पुरख पदार्थ सरदा मन की पूरे नानक दास ए सुख मांगे मुख कर संतन के तूरे करो बनंती सुन मेरे मीता संत टैल की बेला इया खाट चलो हरदा आगे बसन सहेला आद कटे जन सोरे नारे मन गुर मिल काज सोहारे ए संसार बेकार संसार में तरयो ब्रह्म ज्ञानी जिसे जगावे प्यारे रस का सतता जन जानी जातो आयो सोई ब्याजो हर गुर ते मनो मसेरा निज कर मैल पहो सुख सहजे बोल न होए गो फेरा अंतर जामी पुरख बिदाते सरदा मन की पूरे नानक दास है सुख मांगे मुखो पर संतन की तोरे ये दो परम दूर हो गए एक सवाल और खड़ा हो गया जिद घोड़े ते चढ़ के जान लगे आखिरकार संत सी पर नौकरी कीती हुई सी अंग्रेज अफसर नू बाहर छड़न वास्ते बाबा जी आए इन्हां ने मैनू बड़े सत्कार ते श्रद्धा नाल पालकी च बिठा के मैनू विदा कीता कि जेड़ा भी अफसर आउंदा उन्हें बड़ा सत्कार कर दे जिवें महाराजा कश्मीर दा राजा प्रताप सिंह गया पता लगा कमिश्नर नूं कि राजा प्रताप सिंह आ रहा ते असीं उहदी आओ भगत विच सानूं लगना चाहिए बाबा जी ने आख्या नहीं साडी कोई आओ भगत नहीं करनी कमिश्नर ने बोलिया असीं सिर्फ बाबा करम सिंह नूं मिलना आए हाँ बाहर टेंट ला के बैठ गया जिन्हें कुछ लेना होना उन्हें नमाना होके बहना ही पैंदा बाहर बैठ गया चार दिन बाद बाबा जी ने बुलाया बुलाओ भाई राजा प्रताप सिंह जो कश्मीर का राजा आया उन्हें बुलाओ जो बुलाया कहते दसो भाई संगत च बैठ गए हो की मंगना आए हो कहते एक तो मैं कुष्ट रोग है उसकी कृपा करो एक मेरे घर औलाद नहीं मैनू राजा अगे बनाने वास्ते मैनू पुत्र बख्शो तो बाबा करम सिंह ने आख्या एक जपजी साहब का पाठ करके जल को रख लो तो कहंदे ने चिट्टे बदाम भिओ के छिल के रख लो प्रसाद के तौर पर दो बदाम थोड़ी मिश्री ये जल के नाल छक लो ਤੁਹਾਡਾ ਕੁਸ਼ਟ ਰੋਗ ਦੂਰ ਹੋ ਜਾਏਗਾ ਤੇ ਸ਼ਬਦ ਕਿਹੜਾ ਪੜ੍ਹੋ ਕੋਰ ਦੁਖਿੰ ਅਨੇਕ ਹੱਤਿੰ ਜਨਮ ਦਰਿਦ੍ਰੰ ਮਹਾ ਵਿਖਾਦਿੰ ਮਿਟੰਤ ਸਗਲ ਸਿਮਰਤ ਹਰ ਨਾਮ ਨਾਨਕ जैसे पावक काष्ट पसम करोता जिवें लकड़ां दी सारी जिंदगी एक एक लकड़ असमान तक रोज एक एक रखते जाओ उन्होंने एक चंग्यारी साड़ के सुआ कर दिंदी है इवें आपां दी फाइल जिहड़ी तेरी भरी हुई है ये साड़ के सुआ कर देगा मेरा गुरु इवें होया अंग्रेज ने एक सवाल किया महाराजा प्रताप दे अगे कि मैं एक सवाल कर लवा बाबा जी अगे कहिंदे करो कहिंदे दसो भी बाबा करम सिंह जी तुसीं साडी मदद की करोगे
ਕਹਿੰਦੇ ਅਸੀਂ ਤੁਹਾਨੂੰ 10-15-20,000-50,000 ₹1,00,000 ਤੱਕ ਵੀ ਤੁਹਾਨੂੰ ਭਰਤੀ ਕਰਨ ਵਾਸਤੇ ਸੁਚੱਜੇ ਸਿੱਖਾਂ ਦੀ ਲੋੜ ਹੈ, ਅਸੀਂ ਤੁਹਾਨੂੰ ਭਰਤੀ ਕਰਵਾ ਸਕਦੇ ਹਾਂ, ਪਰ ਤੁਹਾਨੂੰ ਕਾਸ਼ਤਕਾਰ ਬਣਾਉਣਾ ਪਏਗਾ। ਜਿਹੜੇ ਅਸੀਂ ਜ਼ਮੀਨ ਵਾਹ ਨਹੀਂ ਸਕਦੇ, ਕਾਸ਼ਤ ਕਰ ਨਹੀਂ ਸਕਦੇ, ਸਾਨੂੰ ਮਰਬਿਆਂ ਦੇ ਮਾਲਕ, ਜ਼ਗੀਰਾਂ ਦੇ ਮਾਲਕ ਬਣਾਉਣਾ ਪਏਗਾ। ਕਹਿੰਦੇ ਉਹ ਬਣਾਵਾਂਗੇ, ਜ਼ਗੀਰਾਂ ਦਿਆਂਗੇ, ਜਿਹੜਾ ਚੰਗੇ ਕਰੇਗਾ ਤਕਮੇ ਦਿਆਂਗੇ, ਸਿੱਖਾਂ ਨੂੰ ਮਰਿਆਦਾ 'ਚ ਰੱਖਾਂਗੇ। ਫਿਰ ਹੋਰ ਇੱਕ ਫਿਰ ਮਨ ਵਿੱਚ ਹੋਰ ਗੱਲ ਆ ਗਈ, ਜਿਹੜੀ ਘੋੜੀ 'ਤੇ ਬੈਠਾ ਸੀ ਨਾ ਉਹ ਬੱਚਾ ਦੇਣ ਵਾਲੀ ਸੀ। ਬਾਬਾ ਜੀ ਕਹਿਣ ਲੱਗੇ ਦੱਸੋ ਜਿਹੜਾ ਤੁਹਾਡੇ ਮਨ 'ਚ ਸਵਾਲ ਰਹਿ ਨਾ ਜਾਵੇ। ਕਹਿੰਦਾ ਦੱਸੋ ਮੇਰੀ ਘੋੜੀ 'ਤੇ ਕੀ ਹੋਵੇਗਾ। ਬਾਬਾ ਜੀ ਨੇ ਸੋਟੀ ਮਾਰ ਕੇ ਆਖਿਆ ਇਹ ਸੋਟੀ ਦਾ ਨਿਸ਼ਾਨ ਇਹ ਲਾਸ਼ ਪਈ ਹੋਵੇਗੀ ਅਤੇ 5 ਕਲਿਆਣੀ ਘੋੜੀ ਹੋਵੇਗੀ। ਜੇ ਨਾ ਹੋਈ ਘੋੜੀ 5 ਕਲਿਆਣਾ, ਇਹ ਲਾਸ਼ ਨਾ ਸੋਟੀ ਦੀ ਲੱਗੀ ਹੋਈ, ਅਤੇ ਕਹਿੰਦਾ ਮੈਂ ਮੁਕੱਦਮਾ ਕਰਾਂਗਾ ਬਾਬਾ ਜੀ 'ਤੇ। ਜਦੋਂ ਵੇਖਦੇ ਰਹੇ, ਤਰੀਕ ਗਿਣਦੇ ਰਹੇ, ਜਦੋਂ ਘੋੜੀ ਨੇ ਬੱਚਾ ਦਿੱਤਾ ਅਤੇ ਉਹ 5 ਕਲਿਆਣੀ ਘੋੜੀ ਹੋਈ ਅਤੇ ਨਾਲ ਸੋਟੀ ਦੀ ਲਾਸ਼ ਵੀ ਨਾਲ ਮਿਲੀ। ਮੈਂ ਪੇਖਿਓ ਰੇ ਉੱਚਾ ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ। ਮੈਂ ਪੇਖਿਓ ਰੇ ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ। ਪਰ ਅਸੀਂ ਤਾਂ ਉਡੀਕ ਕੀਤੀ ਨਹੀਂ ਕਦੀ, ਅਸੀਂ ਤਾਂ ਉਡੀਕ ਤੋਂ ਪਹਿਲਾਂ ਹੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੋਵੇ, ਹੁਕਮਨਾਮਾ ਹੁੰਦਾ ਹੋਵੇ, ਅਸੀਂ ਕੀਰਤਨ ਕਰਕੇ ਵੀ ਹੁਕਮਨਾਮੇ ਨੂੰ ਛੱਡ ਕੇ ਅਰਦਾਸ ਨੂੰ ਚਲੇ ਜਾਂਦੇ ਹਾਂ। ਪਤਾ ਕਿੰਨੀ ਕੁ ਭਾਜੜ ਪਈ ਹੈ ਕਿ ਸਾਡੇ ਕੋਲ ਅਰਦਾਸ ਅਤੇ ਹੁਕਮਨਾਮਾ ਸੁਣਨ ਦਾ ਵੀ ਟਾਈਮ ਨਹੀਂ। ਜਿਸ ਗੁਰੂ ਦੀ ਬਾਣੀ ਕਰਕੇ ਤੁਹਾਨੂੰ ਇੰਨਾ ਕੁਝ ਮਿਲ ਰਿਹਾ, ਪੰਤ ਨਿਹਾਰੇ ਕਾਮਣੀ ਲੋਚੇ ਪਰੀ ਲਸਾਸਾ, ਔਰ ਨ ਭੀਜੈ ਪੱਗ ਨ ਕਿਸੈ, ਹਰ ਦਰਸ਼ਨ ਕੀ ਆਸਾ, ਉਡੇ ਨ ਕਾਗਾ ਨਾਰੇ, ਬੇਗ ਮਿਲੀ ਜੈ ਆਪਣੇ ਰਾਮ ਪਿਆਰੇ, ਸਿਮਰ 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 ਨਾਮ ਜੀਵਾ, ਤਨ ਮਨ ਹੋਏ ਨਿਹਾਲਾ, ਜਬ ਨਾਚੀ ਤਬ ਘੁੰਗਟ ਕੈਸਾ। ਕਹਿੰਦੇ ਜਦੋਂ ਨੱਚਣਾ ਹੈ ਤੇ ਪਰ ਘੁੰਡ ਕਾਹਦਾ, ਜਦੋਂ ਗੁਰੂ ਦੇ ਸਿੱਖ ਹੈ ਘੁੰਡ ਦਾ ਮਤਲਬ ਹੈ ਸਾਨੂੰ ਅਫਸਰ ਬਣ ਕੇ ਵੀ ਜੋੜਿਆਂ ਦੇ ਵਿੱਚ ਸ਼ਰਮ ਨਹੀਂ ਆਉਣੀ ਚਾਹੀਦੀ ਕਿ ਮੈਂ ਅਫਸਰ ਹਾਂ, ਮੈਨੂੰ ਕੋਈ ਵੇਖੇਗਾ ਮੈਂ ਜੋੜੇ ਸਾਫ ਕਰ ਰਿਹਾ, ਚਾਹੇ ਮੈਂ ਝਾੜੂ ਮਾਰ ਰਿਹਾ, ਮੈਂ ਪੋਚਾ ਮਾਰ ਰਿਹਾ। ਜਬ ਨਾਚੀ ਤਬ ਘੁੰਗਟ ਕੈਸਾ, ਚਰਨ ਚਲੋ ਮਾਰੋ ਗੁਗੋ ਮਿਟੇ ਪਾਪ ਜਪੀਏ ਹਰ ਬਿੰਦ, ਸੁਧ ਜੀਵ ਡਾ ਅਵਰ ਨ ਸਾਮੀ ਡਵੇ ਨਾ ਕੋਈ ਨਾ ਮਨਿਆ, ਹਰ ਦਰਸ਼ਨ ਸੋ ਪ੍ਰੀਤ ਹੈ, ਹਰ ਦਰਸ਼ਨ ਕੋ ਮਿੱਤਰ, ਹਰ ਦਰਸ਼ਨ ਕੋ ਵਾਸ ਹੈ, ਜੋ ਜਲਦੀ ਹੈ ਵਸ ਆਪ ਹੀ ਪ੍ਰਭ ਰੱਖਦਾ ਭਗਤਨ ਕੀ ਆਨ, ਜੋ ਜੋ ਚਿਤਵੇ ਸਾਧਿਆ ਸੋ ਲੇਤਾ ਮਾਨ, ਅਲੱਖ ਨਰਿੰਗਨ ਏਕੋ ਪਤ
का जोत मरारी सब जाचत तू एक हो दाता मांग नाथ पसारी आपे सुर्ग मच प्याला आपे जोत जरूप बाला जटा विकट विकराल स्वरूप रूप नरे क्या काई है आपे हर एक रंग है आपे बोरंगी ज्योत सपावे नानका साई गन जलगंगी मैं पेख्योरी ऊंचा मोन सबसे ऊंचा मोन सबसे ऊंचा हर बंदा गुरु नु मिलना चाहता है पर बंदे नु पिछोकड़े च हर कोई चीज रखी हुई है कभी सोचा नहीं उसने ये तो मंगन दे विच दिसे जुदाई जे तू मंग लेगा तो गुरु तो जुदा हो जाएगा जे तो मिलया रहना है बिन तुद होर जे मंगना ना मंग ਕਹਿੰਦੇ ਨੇ ਜਦੋਂ ਸੰਗਤ ਦੀ ਅਰਦਾਸ ਹੁੰਦੀ ਹੈ ਉਦੋਂ ਗੁਰੂ ਦਾ ਆਸਰਾ ਗੁਰੂ ਆਪ ਜ਼ਿੰਮੇਵਾਰ ਹੈ ਪਰ ਜੇ ਤੁਸੀਂ ਆਪ ਜ਼ਿੰਮੇਵਾਰੀ ਲਓਗੇ ਫਿਰ ਤੁਹਾਨੂੰ ਜਾਪ ਕਰਨਾ ਪਏਗਾ ਫਿਰ ਜਾਪ ਕਰੋਗੇ ਕਈ ਜਿਹੜੇ ਸੰਤ ਬਣਦੇ ਨੇ ਥੋੜ੍ਹੀ ਅਰਦਾਸ ਕਰਦੇ ਰਾਤ ਬਿਮਾਰ ਹੋ ਜਾਂਦੇ ਨੇ ਕਿਉਂਕਿ ਗੁਰੂ ਦਾ ਆਸਰਾ ਨਹੀਂ ਲੈਂਦੇ ਉਹ ਆਪਣਾ ਆਸਰਾ ਲੈ ਲੈਂਦੇ ਬੈਟਰੀ ਜਿਹੜੀ ਚਾਰਜ ਹੋਈ ਉਹ ਡਿਸ ਹੋ ਜਾਂਦੀ ਫਿਰ ਚਾਰਜ ਹੋਣੇ ਟਾਈਮ ਲੱਗਦਾ ਪਰ ਜੇ ਤੁਹਾਨੂੰ ਕਿਤੇ ਸ਼ਹੀਦਾਂ ਦਾ ਪਹਿਰਾ ਮਿਲ ਜਾਏ ਕਿਸੇ ਕਰਨੀ ਨਾਲ ਤੁਹਾਡੇ ਕੋਲ ਸ਼ਹੀਦਾਂ ਦੀ ਬਰਕਤ ਆ ਜਾਏ ਤੇ ਫਿਰ ਉਹ ਸਾਰੀਆਂ ਡਿਊਟੀਆਂ ਆਪ ਸੰਭਾਲ ਲੈਂਦੇ ਢੂੰਡ ਰਹੇ ਹਾਂ ਮਮੋਚਾ ਬਿੰਦ ਰਕਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮੈਲੀ ਹੋਰ ਮਾਇਆ ਮੋਹ ਪਸਾਰਾ ਹੈ ਨਿੰਕਾਰ ਆਕਾਰੋ ਪਾਇਆ ਮਾਇਆ ਮੋਹ ਹੁਕਮ ਬਣਾਇਆ ਜਗਤ ਪਾਇਆ ਧੰਦੇ ਲਾਇਆ ਨਾਨਕ ਐਸਾ ਦਾਨ ਹਰ ਸੰਤਾਂ ਰੇ ਨਾਰਾਇਆ ਹੋਰ ਦਤਾਰ ਨ ਸੁਝੀ ਤੂੰ ਦੇਵਨਹਾਰ ਸਭਨਾ ਦਾਤਾ ਏਕ ਹੈ ਭੁੱਲਿਆ ਨੇ ਸਮਝਾਏ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਅਲਖ ਨਰਿੰਜਨ ਏਕੋ ਵਰਤੈ ਏਕਾ ਜੋਤ ਮੁਹਾਰੀ ਖਬਜਾ ਚੁਗ ਤੁਮ ਏਕੋ ਦਾਤਾ ਮੰਗੇ ਹੱਥ ਪਸਾਰੀ ਮੈਂ ਪੇਖਿਓਰੀ ਉੱਚਾ ਮੋਨ ਸਭ ਤੇ ਉੱਚਾ ਦਾਤੀ ਸਾਹਿਬ ਸੰਧਿਆ ਕਿਆ ਚੱਲੇ ਦਿਸ ਨਾਲ ਇੱਕ ਜਗਨ ਦੇ ਨਾਲ ਉਡਾਲ ਦਾਤ ਕਰੇ ਨਹੀਂ ਪੱਛੋ ਤਾਵੇ ਏਕ ਬਖਸ਼
फिर बड़ ना बुलावे दाता सोच लाइए जिस सबसे देदार नानक आप सदीव है पूरा जिस भंडार बड़ा कस लाइए अंत न पारावार अंत न पारावार मैं पेख्योरी मौन सब ते ऊंचा मैं पेख्योरी मौन सब ते ऊंचा मौन सब ते ऊंचा मौन सब ते ऊंचा मौन सब ते ऊंचा जेड़े गुरु दी करने नु जानदे ने सत्संग जी गुरु दे नाल ऐसी प्रीत लाओ कई बार मनुख प्रीत ला के प्रीत अधूरा रह जाता क्योंकि प्रीत एक ऐसी है कई बार मनुख मनुख इस पासे लगता है मनुख लग के भी गुरु दुपरा हो जाता है। सत्संग जी कई बार मनुख गुरु ना जुड़ता है अज एक गल सामने आई है सेवा वो है जिहड़ी प्रवान हो जाए बंदगी वो है जिहड़ी प्रवान हो जाए जिहड़ी सेवा प्रवान ना होवे अधूरी सेवा अधूरी बंदगी अधूरा नितनेम अधूरे सहज पाठ अधूरे श्रीखंड पाठ साहिब अधूरे गुरु के दर्शन करने साध संगत पहला पूछ लो पहला विचार लो रिश्तेदार ता एक सूट बदले उन्हां दी पिछे घूमदे हो खंड पढ़ ते रखा लैंदे हो पर बाणी नूं सुनो ते सही विचारो ते सही इन्नी तैयारी करो कि बाणी तुहानूं सुनण दा वक्त मिल जाए सेवा करन दा वक्त मिल जाए।